ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਕੁਝ ਲੋਕ ਹੁੰਦੇ ਆ ਸੂਝਵਾਨ ਚਿੰਤਕ, ਜਿਹੜੇ ਜਾਣਦੇ ਆ ਕਿ ਧਰਮ ਜਿਹੜਾ ਹੈ ਬੜਾ ਕੋਮਲ ਹੈ, ਬੜਾ ਨਰਮ ਹੈ, ਇਹਦੇ ਉੱਤੇ ਮਿੱਟੀ ਜੰਮ ਗਈ ਹੈ, ਇਹ ਮਿੱਟੀ ਹਟਾਉਣੀ ਚਾਹੀਦੀ ਹੈ। ਉਹ ਹਟਾਉਣ ਵਾਸਤੇ ਯਤਨ ਕਰਦੇ ਆ, ਤੇ ਜਦੋਂ ਅਸੀਂ ਕੋਮਲ ਚੀਜ਼ ਤੋਂ, ਨਰਮ ਚੀਜ਼ ਤੋਂ ਮਿੱਟੀ ਹਟਾਉਣੀ ਹੈ ਤੇ ਸਾਨੂੰ ਸੌਫਟ ਚੀਜ਼ ਦੇ ਨਾਲ ਹਟਾਉਣੀ ਪੈਂਦੀ ਹੈ, ਰੂਹ ਦੇ ਨਾਲ, ਕੋਮਲ ਕੱਪੜੇ ਦੇ ਨਾਲ। ਚਿੰਤਕ ਲੋਕ, ਸੰਵੇਦਨਸ਼ੀਲ ਲੋਕ, ਬੁੱਧੀਜੀਵੀ ਲੋਕ ਸੌਫਟ ਰੂਹ ਦੇ ਨਾਲ, ਸੌਫਟ ਕੱਪੜੇ ਦੇ ਨਾਲ ਉਹ ਮਿੱਟੀ ਨੂੰ ਜਦੋਂ ਹਟਾਉਂਦੇ ਆ ਤੇ ਉਹਨਾਂ ਲੋਕਾਂ ਨੂੰ ਵੀ ਇਤਰਾਜ਼ ਨਹੀਂ ਹੁੰਦਾ ਜਿਹੜੇ ਮਿੱਟੀ ਨੂੰ ਧਰਮ ਦਾ ਹਿੱਸਾ ਸਮਝਣ ਲੱਗ ਜਾਂਦੇ। ਪਰ ਕੁਝ ਲੋਕ ਆਉਂਦੇ ਆ ਉਹ ਤਾਰਾਂ ਵਾਲਾ ਬੁਰਸ਼ ਲੈ ਲੈਂਦੇ ਆ, ਇੱਟਾਂ ਸਾਫ਼ ਕਰਨ ਵਾਲਾ, ਇਹਦੇ ਨਾਲ ਸਾਫ਼ ਕਰਦੇ ਆ। ਉਹ ਹੁੰਦਾ ਕੀ ਹੈ, ਮਿੱਟੀ ਤਾਂ ਲਹਿ ਜਾਂਦੀ ਹੈ ਪਰ ਧਰਮ ਦਾ ਮੂਲ ਜਿਹੜਾ ਉਹਨੂੰ ਵੀ ਉਹ ਖੁਰਚ ਦਿੰਦੇ ਆ, ਬਦਰੰਗ ਕਰ ਦਿੰਦੇ ਆ, ਬੇਹਾਲ ਕਰ ਦਿੰਦੇ ਆ, ਫਿਰ ਰੌਲੇ ਪੈਂਦੇ ਆ, ਫਿਰ ਲੜਾਈਆਂ ਹੁੰਦੀਆਂ, ਫਿਰ ਤਕਰਾਰਾਂ ਹੁੰਦੀਆਂ। ਇੱਕ ਤਾਂ ਸਾਡੀ ਇਹ ਸਮੱਸਿਆ, ਬਹੁਤੇ ਨਹੀਂ ਹੈ, ਕੁਝ ਲੋਕ ਇੱਛਾ ਉਹਨਾਂ ਦੀ ਠੀਕ ਹੈ ਕਿ ਮਿੱਟੀ ਲੈਣੀ ਚਾਹੀਦੀ ਹੈ, ਗਰਦ ਲੈਣੀ ਚਾਹੀਦੀ ਹੈ। ਅਸੀਂ ਉਹਨਾਂ ਦੀ ਇੱਛਾ ਦਾ, ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਵੀ ਕਰਦੇ ਹਾਂ ਪਰ ਉਹਨਾਂ ਨੇ ਮਿੱਟੀ ਲਾਉਣ ਵਾਸਤੇ ਤਾਰਾਂ ਵਾਲਾ ਬੁਰਸ਼ ਫੜ ਲਿਆ, ਕੰਧ ਤੇ ਮਿੱਟੀ ਜੰਮ ਗਈ ਹੈ, ਇਹਨੂੰ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਤੇ ਜੇ ਅਸੀਂ ਖੁਰਚਣਾ ਲੈ ਕੇ ਖੁਰਚਣਾ ਸ਼ੁਰੂ ਕਰ ਦਈਏ ਤੇ ਪੇਟ ਵੀ ਪੁੱਟ ਦੇਣਗੇ। ਮਾਂ ਬੱਚੇ ਨੂੰ ਨਹਾਉਂਦੀ ਹੈ, ਜਦੋਂ ਮੈਲ ਲੱਗ ਜਾਂਦੀ ਹੈ ਉਹਦੇ ਪਿੰਡੇ ਨੂੰ, ਉਹ ਸੌਫਟ ਤਰੀਕੇ ਦੇ ਨਾਲ ਨਹਾ ਕੇ ਬੱਚੇ ਦੇ ਪਿੰਡੇ ਤੋਂ ਮੈਲ ਦੂਰ ਕਰਦੀ ਹੈ, ਤੇ ਜੇ ਉਹ ਨਹੁੰਦਰਾਂ ਮਾਰਨ ਲੱਗ ਜੇ, ਝਾਵਾਂ ਘਸਾਉਣ ਲੱਗ ਜੇ ਤੇ ਬੱਚੇ ਨੇ ਚੀਕਾਂ ਮਾਰਨੀਆਂ। ਇਹ ਵੀ ਸਾਡੀ ਸਮੱਸਿਆ, ਸਾਡੇ ਵਿੱਚ ਵੀ ਕੁਝ ਮਸਲੇ ਆ, ਕੁਝ ਇਸ਼ੂ ਨੇ ਸਾਡੀ ਕੌਮ ਦੇ, ਕੁਝ ਧਾਰਮਿਕ ਇਸ਼ੂਜ ਨੇ ਖਾਸ ਤੌਰ ਤੇ। ਹਰ ਧਰਮ ਦੇ ਵਿੱਚ ਹੀ ਇਸ਼ੂਜ ਨੇ, ਹਰ ਧਰਮ ਦੇ ਵਿੱਚ ਹੀ ਕੁਝ ਐਸੇ ਮੁੱਦੇ ਨੇ ਜਿਹੜੇ ਵਿਵਾਦਤ ਨੇ, ਸਾਡੇ ਧਰਮ ਚ ਵੀ ਹੈਗੇ। ਪਰ ਸਾਡੇ ਧਰਮ ਦੇ ਜਿਹੜੇ ਵਿਵਾਦਿਤ ਮੁੱਦੇ ਆ ਕੋਈ ਬਹੁਤੇ ਨਹੀਂ ਹੈ, ਪੰਜ ਹੋਣਗੇ, ਚਾਰ ਹੋਣਗੇ, ਵੱਧ ਤੋਂ ਵੱਧ 6 ਹੋਣਗੇ, ਇਦੋਂ ਵੱਧ ਮੁੱਦੇ ਨਹੀਂ ਹੈ ਸਾਡੇ ਧਰਮ ਦੇ ਵਿੱਚ ਵਿਵਾਦਿਤ। ਜਿਹੜੇ ਵਿਵਾਦਿਤ ਮੁੱਦਿਆਂ ਦੇ ਹੱਲ ਹੁੰਦੇ ਆ ਨਾ, ਉਹ ਕੌਮ ਦੇ ਚਿੰਤਕ ਕੱਢਦੇ ਹੁੰਦੇ ਆ, ਕੌਮ ਦੇ ਵਿਦਵਾਨ ਕੱਢਦੇ ਹੁੰਦੇ ਆ, ਕੌਮ ਦੇ ਆਗੂ ਕੱਢਦੇ ਹੁੰਦੇ ਆ, ਕੌਮ ਨਹੀਂ ਕੱਢਦੀ ਹੁੰਦੀ। ਜਿਵੇਂ ਨੌਜਵਾਨ ਇੱਕ ਵੀਰ ਗੱਲ ਕਰਕੇ ਗਿਆ ਕਿ ਇੱਕ ਬੰਦਾ ਜਿਹੜਾ PhD ਕਰਦਾ ਪਿਆ, ਇੱਕ ਬੰਦਾ ਜਿਹੜਾ ਪਹਿਲੀ ਜਮਾਤ ਚ ਬੱਚਾ ਪੜ੍ਹਦਾ ਪਿਆ, ਤਾਂ ਤੁਸੀਂ ਸਾਰਿਆਂ ਦਾ ਲੈਵਲ ਜਿਹੜਾ, ਦੋਨਾਂ ਦਾ ਲੈਵਲ ਜਿਹੜਾ ਉਹ ਬਰਾਬਰ ਕਿਵੇਂ ਸਮਝ ਲਓਗੇ? ਸਾਡੀ ਪ੍ਰੋਬਲਮ ਜਿਹੜੀ ਉਹ ਇਹ ਹੈ ਕਿ ਅਸੀਂ ਜਿਹੜੇ ਸਾਡੇ ਰਿਲੀਜੀਅਸ ਇਸ਼ੂ ਸੀ, ਕੰਟਰੋਵਰਸ਼ਲ, ਅਸੀਂ ਉਹਨਾਂ ਨੂੰ ਸੰਗਤ ਵਿੱਚ ਸੁੱਟਤਾ ਕਿ ਸੰਗਤ ਹੱਲ ਕਰੇ। ਇਹ ਸਾਡੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਹੈ। ਜਿਹੜੇ ਇਸ਼ੂ, ਮੈਂ ਨਾਮ ਹੀ ਲੈ ਲਿਆ, ਕੋਈ ਅਤਕਥਨੀ ਨਹੀਂ, 10 ਗ੍ਰੰਥ ਦਾ ਇਸ਼ੂ ਹੈ, ਮੂਲ ਮੰਤਰ ਦਾ ਇਸ਼ੂ ਹੈ, ਰਾਗਮਾਲਾ ਦਾ ਇਸ਼ੂ ਹੈ, ਨਾਨਕ ਸ਼ਾਹੀ ਕੈਲੰਡਰ ਦਾ ਇਸ਼ੂ ਹੈ, ਅਸੀਂ ਸੰਗਤ ਚ ਸੁੱਟਦੇ, ਉਹਦੇ ਨਾਲ ਕੀ ਹੋ ਗਿਆ? ਸੰਗਤ ਵੰਡੀ ਗਈ, ਨੁਕਸਾਨ ਹੋਇਆ ਸਾਨੂੰ ਕੌਮੀ। ਇਹ ਸਾਡੀਆਂ ਗਲਤੀਆਂ ਨੇ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਸਾਡੀ ਕੌਮ ਦੇ ਚਿੰਤਕ, ਕੌਮ ਦੇ ਵਿਦਵਾਨ ਜਿਹੜੇ ਆ ਉਹ ਸਭ ਤੋਂ ਪਹਿਲਾਂ ਸਿਰ ਜੋੜ ਕੇ ਬੈਠਣ ਦੀ ਹਿੰਮਤ, ਦਲੇਰੀ ਜਿਹੜੀ ਆ ਉਹ ਦਿਖਾਉਣ ਤੇ ਇਹਨਾਂ ਮੁੱਦਿਆਂ ਦੇ ਉੱਤੇ ਅਨੈਲਿਸਿਸ ਹੋਵੇ। ਅੱਜ ਸਿੱਖ ਰਹਿਤ ਮਰਿਆਦਾ ਨੂੰ ਇੱਕ ਕਰਨ ਦੀ ਗੱਲ ਚੱਲ ਰਹੀ ਹੈ,
ਹੁਣ ਤਾਂ ਠੀਕ ਗੱਲ, ਪਰ ਜੇ ਅਸੀਂ ਆਖੀਏ ਕਿ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਵਾਸਤੇ ਜਿਹੜੇ ਮੰਨਦੇ ਹਨ ਉਹਨਾਂ ਨਾਲ ਗਾਲਾਂ ਕੱਢੀਏ, ਉਹਨਾਂ ਨੂੰ ਮੰਦਾ ਕਹੀਏ, ਸਟੇਜਾਂ ਤੋਂ ਉਹਨਾਂ ਨੂੰ ਭੰਡੀਏ, ਤੇ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਇੱਕ ਨਹੀਂ ਹੋਣੀ। ਇਹਦੇ ਲਈ ਵਿਚਾਰ ਗੋਸ਼ਟੀਆਂ, ਸੈਮੀਨਾਰ, ਉਹਨਾਂ ਦੇ ਵਿਸ਼ਵਾਸ ਪਾਤਰ ਬਣ ਕੇ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਵਿੱਚ ਜਾਣਾ, ਬੈਠਣਾ, ਸਮਝਾਉਣਾ, ਕਰਨਾ, ਅੱਜ ਨਹੀਂ 5 ਸਾਲਾਂ ਨੂੰ ਨਹੀਂ 50 ਸਾਲਾਂ ਨੂੰ 100 ਸਾਲਾਂ ਨੂੰ ਅਸੀਂ ਮਰਿਆਦਾ ਇੱਕ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ। ਪਰ ਜੇ ਅਸੀਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਜੇ ਅਸੀਂ ਉਹਨਾਂ ਦਾ ਬਾਈਕਾਟ ਕਰਤਾ ਕਿ ਅਸੀਂ ਤਾਂ ਤੁਹਾਨੂੰ ਮੰਨਦੇ ਹੀ ਨਹੀਂ ਹੈ, ਤੇ ਫਿਰ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਹੈ 1000 ਸਾਲ ਤੱਕ ਵੀ ਇੱਕ ਨਹੀਂ ਹੋਊਗੀ। ਅਸੀਂ ਚਾਹੁੰਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਸਾਰੇ ਪੰਥ ਦੇ ਵਿੱਚ ਲਾਗੂ ਹੋਵੇ, ਲੇਕਿਨ ਉਸ ਨੂੰ ਲਾਗੂ ਕਰਨ ਦਾ ਤਰੀਕਾ ਜਿਹੜਾ ਹੈ ਉਹ ਬੜਾ ਸੌਫਟ ਹੋਣਾ ਚਾਹੀਦਾ, ਔਰ ਸੌਫਟ ਤਰੀਕਾ ਹੋਣਾ ਚਾਹੀਦਾ, ਔਰ ਸਬਰ ਹੋਣਾ ਚਾਹੀਦਾ। ਕਾਹਲੀ ਨਾਲ ਹੱਲ ਹੋਣ ਵਾਲੇ ਇਹ ਮੁੱਦੇ ਨਹੀਂ ਹੈ, ਮਸਲੇ ਨਹੀਂ ਹੈ। ਆਹ ਲਖਨਊ ਵਾਲੇ ਵੀਰ ਜੀ ਬੈਠੇ ਆ, ਬੜਾ ਸੋਹਣਾ ਬੋਲ ਕੇ ਗਏ ਆ। ਇੱਕ ਮੈਂ ਇਹਨਾਂ ਨੂੰ ਮਿਲਣਾ ਹੀ ਸੀ ਕਿ ਤੁਸੀਂ ਉੱਥੇ ਯੂਪੀ ਦੇ ਜਿਹੜੇ CM ਹੈ ਜੋਗੀ, ਉਹਨਾਂ ਦੇ ਕਿਸੇ ਪ੍ਰੋਗਰਾਮ ਚ ਗਏ ਸੀ, ਕੀ ਪ੍ਰੋਗਰਾਮ ਸੀ, ਮੈਂ ਪੁੱਛਣਾ ਹੀ ਸੀ ਇਹਨਾਂ ਨੂੰ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਜਿਹੜੀ ਹੈ ਬੜੀ ਤੇਜ਼ੀ ਨਾਲ ਵਾਇਰਲ ਹੋਈ। ਇੱਕ ਪਾਸੇ ਮੇਰੀ ਇਹਨਾਂ ਦੀ ਫੋਟੋ ਲੱਗੀ ਸੀ, ਤੇ ਦੂਜੇ ਪਾਸੇ ਜੋਗੀ ਨਾਲ ਇਹਨਾਂ ਦੀ ਫੋਟੋ ਲੱਗੀ ਸੀ, ਤੇ ਫਿਰ ਮੇਰਾ ਕਨੈਕਸ਼ਨ ਜੋਗੀ ਨਾਲ ਜੋੜਿਆ ਸੀ ਵੀ ਇਹ RSS ਦਾ ਬੰਦਾ ਜੀ, ਇਹ ਆਹ ਦੇਖੋ RSS ਦੇ ਬੰਦਿਆਂ ਕੋਲ ਖੜੋਤਾ ਆ, ਜੋ ਇਹਨਾਂ ਨੂੰ RSS ਨਾਲ ਜੋੜਿਆ, ਫਿਰ ਇਹਨਾਂ ਨੂੰ ਮੇਰੇ ਨਾਲ ਜੋੜ ਕੇ ਤੇ RSS ਨਾਲ ਜੋੜਨ ਦਾ ਜਿਹੜਾ ਉਹ ਯਤਨ ਹੋਇਆ। ਅੱਜ ਸਾਡੀ ਕੌਮ ਨੂੰ ਲੀਡਰਲੈਸ ਕਰਨ ਦਾ ਯਤਨ ਹੋ ਰਿਹਾ, ਲੀਡਰਲੈਸ ਕਰਨ ਦਾ ਯਤਨ ਜਿਹੜਾ ਹੈ ਉਹ ਹੋ ਰਿਹਾ। ਇਸ ਪੱਖੋਂ ਵੀ ਸਾਨੂੰ ਬਹੁਤ ਸਾਵਧਾਨ ਸੁਚੇਤ ਹੋਣ ਦੀ ਲੋੜ ਹੈ, ਔਰ ਅੱਜ ਇਸ ਗੱਲ ਦੀ ਵੀ ਜ਼ਰੂਰਤ ਹੈ ਕਿ ਅਸੀਂ ਆਪਣੀ ਨੌਜਵਾਨੀ ਦੇ ਵਿੱਚੋਂ ਲੀਡਰ ਪੈਦਾ ਕਰੀਏ, ਔਰ ਜਿਹੜੇ ਵੇਲਾ ਵਹਾ ਚੁੱਕੇ ਨੇ ਉਹਨਾਂ ਨੂੰ ਪਾਸੇ ਕਰੀਏ, ਔਰ ਨੌਜਵਾਨਾਂ ਦੇ ਵਿੱਚੋਂ ਅਸੀਂ ਆਪਣੇ ਪੋਲੀਟੀਕਲ ਲੀਡਰ, ਰਿਲੀਜੀਅਸ ਲੀਡਰ, ਸਮਾਜਿਕ ਸੋਸ਼ਲ ਲੀਡਰ ਜਿਹੜੇ ਹੈ ਉਹ ਨੌਜਵਾਨ ਵਰਗ ਦੇ ਵਿੱਚੋਂ ਪੈਦਾ ਕਰੀਏ। ਤੇ ਨੌਜਵਾਨ ਵਰਗ ਦੇ ਵਿੱਚੋਂ ਪੈਦਾ ਤਾਂ ਹੋਣਗੇ ਜੇ ਅਸੀਂ ਉਹਨਾਂ ਨੂੰ ਮੌਕਾ ਦੇ ਦਾਂਗੇ, ਤੇ ਜੇ ਮੌਕਾ ਹੀ ਨਹੀਂ ਦੇਣਾ, ਕੁਰਸੀ ਨਹੀਂ ਛੱਡਣੀ, ਤੇ ਫਿਰ ਨੌਜਵਾਨ ਵਰਗ ਦੇ ਵਿੱਚੋਂ ਸਾਡੇ ਲੀਡਰ ਜਿਹੜੇ ਹੈ ਉਹ ਕਦਾਚਿਤ ਵੀ ਪੈਦਾ ਨਹੀਂ ਹੋਣਗੇ। ਸੋ ਨੌਜਵਾਨਾਂ ਨੂੰ ਵਧੇਰੇ ਅੱਗੇ ਆਉਣ ਦੀ ਲੋੜ ਹੈ। ਮੈਂ ਕਈ ਵਾਰੀ ਹਰ ਸਟੇਜ ਤੋਂ ਕਹਿੰਦਾ ਹੈ ਕਿ ਅਸੀਂ ਇੱਕ ਦੂਸਰੇ ਦੀ ਤਾਕਤ ਬਣੀਏ, ਇੱਕ ਦੂਸਰੇ ਦੇ ਨਾਲ ਖੜੀਏ, ਇੱਕ ਦੂਸਰੇ ਦੀ ਤਾਕਤ ਬਣੀਏ, ਫਿਰ ਹੀ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਹੋਣਗੀਆਂ। ਕਿਉਂਕਿ ਇੱਕ ਪਾਸੇ ਅਸੀਂ ਬੜੀ ਮੁਸ਼ਕਲ ਕਗਾਰ ਦੇ ਵਿੱਚ ਖੜੋਤੇ ਹਾਂ, ਜਿਵੇਂ ਪ੍ਰੋਫੈਸਰ ਸਾਹਿਬ ਬੋਲ ਕੇ ਗਏ ਹੈ ਕਿ ਇੱਕ ਐਸੀ ਕੌਮ ਹੈ ਜਿਹੜੀ ਆਪਣੇ ਗੁਆਚ ਚੁੱਕੇ ਹੀਰੋਆਂ ਨੂੰ ਜਿਹੜਾ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ। ਮਹਿਕਾ ਸੁਰ ਵਰਗੀ ਬੜੀ ਅੱਛੀ ਗੱਲ ਹੈ ਕਿ ਇੱਕ ਕੌਮ ਆਪਣੇ ਗੁਆਚ ਚੁੱਕੇ ਆਗੂਆਂ ਨੂੰ ਲੱਭ ਕੇ ਤੇ ਉਹਨਾਂ ਨੂੰ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ, ਔਰ ਸਾਡੇ ਇੱਥੇ ਇੱਕ ਐਸੀ ਕੌਮ ਵੀ ਹੈਗੀ ਹੈ ਜਿਹੜੀ ਉਹਨਾਂ ਆਗੂਆਂ ਨੂੰ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ ਜਿਹੜੇ ਮਾਫੀਆ ਮੰਗ ਕੇ ਛੁੱਟੇ ਸੀ ਸਾਵਰਕਰ ਵਰਗੇ। ਤੇ ਅਸੀਂ ਕੀ ਕਰ ਰਹੇ ਹਾਂ, ਅਸੀਂ ਜਿਹੜੇ ਸਾਡੇ ਲੀਡਰ ਹੈ ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਅਸੀਂ ਉਹਨਾਂ ਤੇ ਵੀ ਕਿੰਤੂ ਦਾ ਨਿਸ਼ਾਨ ਲਾ ਰਹੇ, ਬਾਬਾ ਬਚਿੱਤਰ ਸਿੰਘ ਵਰਗੇ ਤੇ ਕਿੰਤੂ ਦਾ ਨਿਸ਼ਾਨ ਲਾ ਰਹੇ। ਕਿੰਨੀ ਕਮਾਲ ਦੀ ਗੱਲ, ਅਸੀਂ ਆਪਣੇ ਹੀਰੋਆਂ ਨੂੰ ਅਲੋਪ ਕਰਨ ਤੇ ਤੁਲੇ ਹੋਏ। ਬਾਬਾ ਬੰਦਾ ਸਿੰਘ ਬਹਾਦਰ ਸਾਡਾ ਹੀਰੋ ਹੈ, ਬਾਬਾ ਬਚਿੱਤਰ ਸਿੰਘ ਸਾਡਾ ਹੀਰੋ ਹੈ, ਬਾਬਾ ਦੀਪ ਸਿੰਘ ਸਾਡਾ ਹੀਰੋ ਹੈ ਸ਼ਹੀਦ, ਤੇ ਅਸੀਂ ਆਪਣੇ ਹੀਰੋਜ਼ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਕਿੰਨਾ ਕੁ ਯਤਨ ਕਰ ਰਹੇ ਹਾਂ। ਉਹਨਾਂ ਕੌਮਾਂ ਤੋਂ ਸੇਧ ਲਈਏ ਜਿਹੜੀਆਂ ਕੌਮਾਂ ਆਪਣੇ ਗੁਆਚ ਚੁੱਕੇ ਹੀਰੋਆਂ ਨੂੰ ਲੱਭ ਕੇ ਪ੍ਰਮੋਟ ਕਰ ਰਹੀ ਹੈ, ਉਹਨਾਂ ਤੋਂ ਸੇਧ ਲਈਏ, ਤੇ ਅਸੀਂ ਉਹਨਾਂ ਤੋਂ ਵੀ ਸੇਧ ਲੈ ਲਈਏ ਜਿਹੜੇ ਘਸੇ ਪਿੱਟਿਆਂ ਨੂੰ ਜਿਹੜਾ ਆਪਣੇ ਲੀਡਰ ਬਣਾ ਕੇ ਪੇਸ਼ ਕਰ ਰਹੇ।
ਜਿਵੇਂ ਘਸੇ ਪਿੱਟਿਆਂ ਨੂੰ ਆਪਣੇ ਹੀਰੋ ਬਣਾ ਕੇ ਪੇਸ਼ ਕਰਕੇ ਕੌਮ ਦੇ ਵਿੱਚ ਆਪਣੀ ਚ ਜ਼ਿੰਦਾ ਦਲੀ ਭਰਨ ਦਾ ਯਤਨ ਕਰ ਰਹੇ ਹੈ, ਤੇ ਫਿਰ ਅਸੀਂ ਆਪਣੇ ਆਗੂਆਂ ਨੂੰ ਕਿਉਂ ਪਛਾੜ ਰਹੇ ਹਾਂ? ਅਸੀਂ ਆਪਣੇ ਆਗੂਆਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਉੱਤੇ ਕਿੰਤੂ ਕਿਉਂ ਲਾ ਰਹੇ, ਨਿਸ਼ਾਨ ਕਿਉਂ ਲਾ ਰਹੇ? ਸਾਨੂੰ ਇਸ ਪਾਸੇ ਵੀ ਬਹੁਤ ਸਾਧ ਸੰਗਤ ਜੀ ਧਿਆਨ ਦੇਣ ਦੀ ਜ਼ਰੂਰਤ ਹੈ। ਮੇਰੇ ਵੀਰਾਂ ਨੇ ਕਿਹਾ ਕਿ ਸਾਨੂੰ ਜਿਹੜਾ ਹੈ ਕੰਮ ਮਿਲਣਾ ਚਾਹੀਦਾ, ਬਹੁਤ ਅੱਛੀ ਗੱਲ ਹੈ। ਕੌਮ ਦੇ ਬਹੁਤ ਸਾਰੇ ਕਾਰਜ ਹੈ ਕਰਨ ਵਾਲੇ, ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਅਸੀਂ ਦਰਖਤ ਲਾਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਕਰੀਏ, ਉਹਦੇ ਲਈ ਵੀ ਇੱਕ ਪ੍ਰੋਜੈਕਟ ਤਿਆਰ ਕਰ ਲਓ ਕਿ ਕਿਹੜੇ ਗੁਰਦੁਆਰਾ ਸਾਹਿਬ ਸਰਵੇ ਕਰਕੇ ਕਿੰਨੇ ਦਰਖਤ ਲੱਗਣਗੇ, ਕਿੰਨੀ ਉੱਥੇ ਜਗ੍ਹਾ, ਕਿੰਨਾ ਏਰੀਆ, ਹਰਿਆਲੀ ਕਿੰਨੀ ਅਸੀਂ ਕਰ ਸਕਦੇ ਹਾਂ, ਉਹ ਵੀ ਇਸਦੇ ਪ੍ਰੋਜੈਕਟ ਕੋਡ ਜਿਹੜੀ ਹੈ ਤਿਆਰ ਨਹੀਂ ਹੋਈ ਹੈ। ਬਹੁਤ ਕੰਮ ਕਰਨ ਵਾਲੇ ਹੈ। ਮੈਂ ਜਿਹੜੇ ਵੀਰ ਚਾਹੁੰਦੇ ਹਾਂ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆ ਜਾਣ, ਅਸੀਂ ਉਹਨਾਂ ਨੂੰ ਰਿਟਨ ਵੀ ਦੇ ਦਾਂਗੇ ਲਿਖ ਕੇ ਕਿ ਆਹ ਕੰਮ ਕਰਨ ਵਾਲੇ ਹੈ। ਪਰ ਕੁਝ ਕਾਰਜ ਐਸੇ ਹੈ ਜਿਹੜੇ ਗੁਪਤ ਰੂਪ ਚ ਕਰਨ ਵਾਲੇ ਹੈ, ਉਹ ਪਬਲੀਕਲੀ ਕਰਨ ਵਾਲੇ ਨਹੀਂ ਹੈ, ਉਹ ਕੰਮ ਕਰਕੇ ਮੀਡੀਆ ਚ ਦਿਖਾਉਣ ਵਾਲੇ ਨਹੀਂ ਹੈ ਕਿ ਅਸੀਂ ਆਹ ਕੰਮ ਕਰ ਰਹੇ ਹਾਂ। ਬਹੁਤ ਸਾਰੀਆਂ ਸਾਨੂੰ ਸਰਵੇ ਚਾਹੀਦੇ ਨੇ, ਸਰਵੇ ਰਿਪੋਰਟਾਂ ਚਾਹੀਦੀਆਂ ਨੇ, ਤੇ ਉਹ ਸਰਵੇ ਜਿਹੜੇ ਆ ਗੁਪਤ ਰੂਪ ਚ ਹੋਣ ਵਾਲੇ ਹੈ, ਕਿਉਂਕਿ ਜੇ ਉਹ ਪ੍ਰਗਟ ਹੁੰਦੇ ਹੈ ਤੇ ਬੜੀ ਮੁਸ਼ਕਲ ਖੜੀ ਹੋ ਸਕਦੀ ਹੈ ਸਾਡੀ ਕੌਮ ਵਾਸਤੇ, ਬੜਾ ਉਹਨਾਂ ਸਰਵਿਆਂ ਦਾ ਲਾਭ ਵੀ ਸਾਨੂੰ ਮਿਲ ਸਕਦਾ। ਫਿਰ ਉਹਨਾਂ ਸਰਵਿਆਂ ਦੇ ਆਧਾਰ ਦੇ ਉੱਤੇ ਅਸੀਂ ਆਪਣੀਆਂ ਜਿਹੜੀਆਂ ਅਗਲੇ ਸਕੀਮਾਂ ਬਣਾ ਸਕਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ। ਮੈਂ ਵਿਸ਼ਵ ਪੱਧਰੀ ਤਾਲਮੇਲ ਕਮੇਟੀ ਜਿਹੜੀ ਹੈ ਬਣੀ ਸੀ, ਮੈਨੂੰ ਖੁਸ਼ੀ ਹੈ ਕਿ 13 ਜਥੇਬੰਦੀਆਂ ਸੀ, 12 ਸੀ ਕਿ 13 ਸੀ, ਫਿਰ ਹੁਣ 64 ਹੋ ਗਈਆਂ ਨੇ, ਤੇ ਕੋਸ਼ਿਸ਼ ਇਹੀ ਹੈ ਕਿ ਦੁਨੀਆਂ ਭਰ ਦੀਆਂ ਜਿਹੜੀਆਂ ਜਥੇਬੰਦੀਆਂ ਸਾਡੀਆਂ, ਬਹੁਤ ਹੈ, ਕੰਮ ਬਹੁਤ ਕਰ ਰਹੀਆਂ, ਲੇਕਿਨ ਅਸੀਂ ਇੱਕ ਦੂਸਰੇ ਨਾਲ ਤਾਲਮੇਲ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ। ਵਿਦੇਸ਼ਾਂ ਦੀਆਂ ਜਥੇਬੰਦੀਆਂ, ਹਿੰਦੁਸਤਾਨ ਦੀਆਂ ਜਥੇਬੰਦੀਆਂ, ਆਪਸ ਦੇ ਵਿੱਚ ਤਾਲਮੇਲ ਇਹਨਾਂ ਦਾ ਸਥਾਪਿਤ ਹੋਵੇ, ਤੇ ਇਹਨਾਂ ਸਾਰਿਆਂ ਦਾ ਤਾਲਮੇਲ ਜਿਹੜਾ ਸੈਂਟਰ ਦੇ ਨਾਲ ਸਥਾਪਿਤ ਹੋਵੇ, ਤੇ ਸਾਡਾ ਸੈਂਟਰ ਜਿਹੜਾ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕ ਐਸਾ ਸਾਡਾ ਸੈਂਟਰ ਹੈ। ਮੈਂ ਸਮਝਦਾ ਗੁਰੂ ਸਾਹਿਬਾਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਇੱਕ ਐਸਾ ਸੈਂਟਰ ਬਖਸ਼ਿਸ਼ ਕੀਤਾ ਹੈ ਜਿਹੜੀ ਸਾਰੀ ਕੌਮ ਨੂੰ ਇਕੱਠਾ ਕਰਨ ਦੇ ਸਮਰੱਥ ਹੈ, ਸਮਰੱਥ ਹੈ ਬਹੁਤ। ਤਾਂ ਅਸੀਂ ਇਸ ਸੈਂਟਰ ਨੂੰ ਮਜ਼ਬੂਤ ਕਰੀਏ, ਸੈਂਟਰ ਮਜ਼ਬੂਤ ਤਾਂ ਸਾਰਾ ਸਾਡਾ ਪੰਥ, ਸਾਡਾ ਸਾਰਾ ਸਰਕਲ, ਸਾਡੀਆਂ ਸਾਰੀਆਂ ਜਥੇਬੰਦੀਆਂ ਮਜ਼ਬੂਤ ਹੋਣਗੀਆਂ, ਤੇ ਜੇ ਸਾਡਾ ਸਰਕਲ ਮਜ਼ਬੂਤ ਹੋਏਗਾ, ਜਥੇਬੰਦੀਆਂ ਮਜ਼ਬੂਤ ਹੋਣਗੀਆਂ, ਤਾਂ ਉਨਾ ਹੀ ਸਾਡਾ ਸੈਂਟਰ ਮਜ਼ਬੂਤ ਹੋਊਗਾ, ਤੇ ਜਿੰਨਾ ਸਾਡਾ ਸੈਂਟਰ ਮਜ਼ਬੂਤ ਹੋਊਗਾ, ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਜਿਹੜੀ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਣਾ ਦਈਏ, ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਚਰਚ ਨਾਲੋਂ ਵੀ ਸ਼ਕਤੀਸ਼ਾਲੀ ਸੰਸਥਾ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਣਾ ਦਈਏ, ਇੰਨੀ ਭਰੋਸੇ ਯੋਗਤਾ ਪੈਦਾ ਕਰ ਦਈਏ ਕਿ ਦੁਨੀਆਂ ਦੇ ਗੈਰ ਮੁਲਕ ਜਿਹੜੇ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਈ ਆਵਾਜ਼ ਦੇ ਉੱਤੇ ਵਿਸ਼ਵਾਸ ਕਰਨ ਕਿ ਹਾਂ ਉੱਥੋਂ ਜਿਹੜੀ ਗੱਲ ਕਹੀ ਗਈ ਹੈ ਬਿਲਕੁਲ ਮਾਨਵੀ ਹੱਕਾਂ ਦੀ ਹੈ, ਮਨੁੱਖਤਾ ਦੀ ਗੱਲ ਹੈ, ਇਸ ਤਰ੍ਹਾਂ ਦਾ। ਔਰ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਅਸੀਂ ਇਹਦਾ ਵੀ ਜਿਹੜਾ ਭਰਪੂਰ ਲਾਹਾ ਲੈਣ ਦਾ ਯਤਨ ਕਰ ਰਹੇ ਹਾਂ। ਬਹੁਤ ਸਾਰੇ ਵਿਦਵਾਨਾਂ ਦੀ ਜਿਹੜੇ ਟੈਕਨੀਕਲ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਕਿ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਸਾਨੂੰ ਬਣਾ ਕੇ ਦਿੱਤੀਆਂ ਜਾਣ ਕਿ ਅਸੀਂ ਸਾਰੀ ਦੁਨੀਆਂ ਭਰ ਦੇ ਸਿੱਖਾਂ ਨੂੰ ਇੱਕ ਕਲਿੱਕ ਦੇ ਉੱਤੇ ਇਕੱਠੇ ਕਰ ਲਈਏ, ਇੱਕ ਕਲਿੱਕ ਕਰੀਏ ਤੇ ਸਾਡਾ ਮੈਸੇਜ ਦੁਨੀਆਂ ਭਰ ਦੇ ਸਾਰੇ ਸਿੱਖਾਂ ਨੂੰ ਚਲਾ ਜਾਵੇ। ਯਹੂਦੀਆਂ ਨੇ ਇਹ ਸਿਸਟਮ ਬਣਾਇਆ ਹੋਇਆ, ਔਰ ਹੋਰ ਦਾ ਹੋਰ ਜਿਹੜੇ ਅਹਿਮਦੀਏ ਮੁਸਲਮਾਨ ਹੈ ਕਾਦੀਆਂ ਵਾਲੇ, ਉਹਨਾਂ ਨੇ ਵੀ ਇਹ ਸਿਸਟਮ ਬਣਾਇਆ ਹੋਇਆ ਕਿ ਹਰ ਬੰਦਾ ਜਿਹੜਾ ਹੈ ਉਹਨਾਂ ਦੇ ਟਿਪਸ ਤੇ ਹੈ ਅਹਿਮਦੀਆਂ ਦਾ, ਕਿ ਉਹ ਕੀ ਕਰਦਾ, ਕਿੰਨੀ ਉਹਦੀ ਕੁਆਲੀਫਿਕੇਸ਼ਨ ਹੈ, ਕੀ ਉਹਦਾ ਪਰਿਵਾਰ ਹੈ, ਕੀ ਉਹ ਖਾਂਦਾ, ਕੀ ਉਹ ਪੀਂਦਾ, ਕਿਹਦੇ ਵਿੱਚ ਉਹਦੀ ਰੁਚੀ ਹੈ।
ਅਸੀਂ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਉਹ ਡਿਵੈਲਪ ਕਰਨਾ ਚਾਹੁੰਦੇ ਹਾਂ ਔਰ ਉਹਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਅੰਤ ਦੇ ਵਿੱਚ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਦਾ ਔਰ ਸਾਰੇ ਬੁੱਧੀਜੀਵੀ ਜਿੰਨੇ ਵੀ ਇੱਥੇ ਬੋਲੇ ਆ ਬਹੁਤ ਵਧੀਆ ਬੋਲੇ ਆ ਔਰ ਤੁਹਾਡੇ ਸਾਰਿਆਂ ਤੋਂ ਹੀ ਮੈਨੂੰ ਕੁਝ ਸਿੱਖਣ ਨੂੰ ਜਿਹੜਾ ਉਹ ਪ੍ਰਾਪਤ ਹੋਇਆ। ਬਹੁਤ ਕੁਝ ਮੈਂ ਤੁਹਾਡੇ ਤੋਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਬੁੱਧੀਜੀਵੀ ਤੋਂ ਸਿੱਖਿਆ ਵੀ ਹੈ, ਸੁਣਿਆ ਸਮਝਿਆ। ਸਭ ਦੇ ਬਹੁਤ ਬਹੁਤ ਧੰਨਵਾਦ। ਸਰਦਾਰ ਗੁਰਮੀਤ ਸਿੰਘ ਜੀ ਜਿੰਨੇ ਭਗਵੰਤ ਤੇ ਬੈਠੇ ਨੇ ਮੰਚ ਦੇ ਉੱਤੇ, ਮੈਂ ਸਭ ਦਾ ਹੀ, ਕਿਉਂਕਿ ਨਾਂ ਲੈਣ ਲੱਗੇ ਬੜਾ ਸਮਾਂ ਲੱਗ ਜਾਣਾ, ਮੈਂ ਸਭ ਦਾ ਹੀ ਬਹੁਤ ਹੈ ਜਦੋਂ ਸ਼ੁਕਰੀਆ ਅਦਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।